ਧੰਨ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ। ਕੁਝ ਕੁ ਸਿੰਘ ਨੇ ਇਹਨਾਂ ਨਾਲ, ਇਹ ਦਿੱਲੀ ਨੂੰ ਚਲੇ ਗਏ, ਕਹਿੰਦੇ ਦਿੱਲੀ ਵੱਲ ਚਲੇ ਗਏ। ਤੇ ਇੱਧਰ ਕਲਗੀਆਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ। ਤੇ ਇਤਿਹਾਸ ਦੱਸਦਾ ਹੈ 40 ਕੁ ਸਿੰਘ ਕਹਿੰਦੇ ਨਾਲ ਸਨ ਮਹਾਰਾਜ ਦੇ, 40 ਕੁ ਸਿੰਘ। ਫਿਰ ਕਹਿੰਦੇ ਕਲਗੀਆਂ ਵਾਲੇ ਜਦੋਂ ਨਿਕਲੇ ਤੇ ਗਏ ਭੱਠੇ ਤੇ, ਨਿਹੰਗ ਖਾਂ ਜੀ ਦਾ ਨਾਂ ਸੀ, ਗੁਰਦੁਆਰਾ ਭੱਠਾ ਸਾਹਿਬ ਰੋਪੜ ਦੇ ਲਾਗੇ। ਇਹ ਗੁਰਦੁਆਰਾ ਭੱਠਾ ਸਾਹਿਬ, ਇਹ ਭੱਠਾ ਸੀ ਨਿਹੰਗ ਖਾਂ ਦਾ, ਉਹਦੇ ਨਾਂ ਤੇ ਪਿੰਡ ਵੀ ਵਸਿਆ ਜੀ, ਪਿੰਡ ਕੋਟਲਾ ਨਿਹੰਗ ਖਾਂ, ਪਿੰਡ ਕੋਟਲਾ ਨਿਹੰਗ ਖਾਂ। ਭੱਠੇ ਤੇ ਗਏ ਕਹਿੰਦੇ ਕਲਗੀਆਂ ਵਾਲੇ, ਕਈ ਮਜ਼ਦੂਰ ਕਹਿੰਦੇ ਭੱਠੇ ਤੇ ਕੰਮ ਕਰ ਰਹੇ ਸਨ, ਭੱਠੇ ਤੇ ਕੰਮ ਕਰ ਰਹੇ ਸਨ। ਉਹਨਾਂ ਨੂੰ ਨਹੀਂ ਸੀ ਪਤਾ ਵੀ ਕਲਗੀਆਂ ਵਾਲੇ ਨੇ। ਮਹਾਰਾਜ ਨੇ ਅੱਗੋਂ ਕਿਹਾ, ਕਹਿੰਦੇ ਭਾਈ ਅਸੀਂ ਰਾਤ ਕੱਟਣੀ ਹੈ, ਸਾਨੂੰ ਜਗ੍ਹਾ ਦਿਓ। ਉਸ ਸਮੇਂ ਨਿਹੰਗ ਖਾਂ ਨਹੀਂ ਸੀ ਭੱਠੇ ਤੇ, ਘਰ ਸੀ ਆਪਣੇ, ਉਹ ਭੱਠੇ ਤੇ ਨਹੀਂ, ਮਜ਼ਦੂਰ ਸੀ ਭੱਠੇ ਤੇ। ਤੇ ਕਲਗੀਆਂ ਵਾਲੇ ਕਹਿਣ ਲੱਗੇ ਆ, ਕਹਿੰਦੇ ਭਾਈ ਸਾਨੂੰ ਜਗ੍ਹਾ ਦਿਓ ਰਹਿਣ ਵਾਸਤੇ, ਅਸੀਂ ਰਾਤ ਕੱਟਣੀ ਹੈ ਇੱਥੇ, ਰਾਤ ਕੱਟਣੀ। ਉਹਨਾਂ ਮਜ਼ਦੂਰਾਂ ਨੇ ਕਹਿੰਦੇ ਉਸ ਸਮੇਂ ਮਹਾਰਾਜ ਨੂੰ ਟੀਚਰ ਕੀਤੀ, ਟੀਚਰ ਮਖੌਲ ਕੀਤਾ, ਮਜ਼ਾਕ ਕੀਤਾ, ਮਸਖਰੀ ਕੀਤੀ। ਅੱਗੋਂ ਕਹਿੰਦੇ ਜੀ ਭੱਠੇ ਤੇ ਹੀ ਚਲੇ ਜਾਓ, ਭੱਠੇ ਤੇ ਹੀ। ਉਹ ਭੱਠੇ ਨੂੰ ਥੱਲੇ ਅੱਗ ਪਾਈ ਹੋਈ ਸੀ, ਉਹ ਕਹਿੰਦੇ ਭੱਠੇ ਤੇ ਹੀ ਚਲੇ ਜਾਓ, ਤੁਹਾਨੂੰ ਨਿੱਘ ਵੀ ਆ ਜਾਏਗਾ, ਉੱਥੇ ਹੀ ਕਰ ਲਓ ਆਰਾਮ, ਉੱਥੇ ਹੀ ਚਲੇ ਜਾਓ ਭੱਠੇ। ਏਦਾਂ ਜਦੋਂ ਮਹਾਰਾਜ ਨੇ ਕਹਿੰਦੇ ਜਦੋਂ ਸੁਣਿਆ, ਮਖੌਲ ਕੀਤਾ ਮਹਾਰਾਜ ਨੂੰ, ਜਦੋਂ ਕਿਹਾ ਵੀ ਭੱਠੇ ਦੀ ਚਲੇ ਜਾਓ, ਤੁਹਾਨੂੰ ਨਿੱਘ ਆ ਜਾਏਗਾ, ਅੱਗ ਪਾਈ ਹੋਈ ਹੈ ਭੱਠੇ ਥੱਲੇ। ਸੁਣ ਕੇ ਕਹਿੰਦੇ ਕਲਗੀਆਂ ਵਾਲੇ ਨੇ ਸਣੇ ਘੋੜੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸਣੇ ਘੋੜੇ ਕਹਿੰਦੇ ਜਦੋਂ ਭੱਠੇ ਤੇ ਗਏ, ਬਾਜਾਂ ਵਾਲਿਆਂ ਦੇ ਨੀਲੇ ਨੇ ਕਹਿੰਦੇ ਜਦੋਂ ਪੌੜ ਮਾਰਿਆ ਨਾ ਭੱਠੇ ਤੇ, ਤੇ ਕਹਿੰਦੇ ਤਬ ਦਾ ਭੱਠਾ ਠੰਡਾ ਠਾਰ ਹੋ ਗਿਆ, ਆਖੋ ਸਾਧਨਾ ਵਾਹਿਗੁਰੂ, ਤਬ ਦਾ ਭੱਠਾ ਠੰਡਾ ਠਾਰ ਹੋ ਗਿਆ ਜਦੋਂ ਪੌੜ ਮਾਰਿਆ ਕਲਗੀਆਂ ਵਾਲਿਆਂ ਦੇ ਘੋੜੇ ਨੇ। ਵੇਖੋ ਜਰਾ ਕੈਸਾ ਸਮਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਵਾਜਾ ਵਾਲੇ ਨੇ ਨੀਲੇ ਨੇ ਪਾੜ ਮਾਰੇ, ਭੱਠਾ ਠੰਡਾ ਠਾਰ ਹੋ ਗਿਆ, ਮਾਰਿਆ ਪਰ ਠੰਡਾ ਠਾਰ ਹੋ ਗਿਆ।
ਪੱਠਾ ਠੰਡਾ ਠਾਰ, ਤਪਦਾ ਪੱਠਾ ਠੰਡਾ ਠਾਰ ਹੋ ਗਿਆ ਕਹਿੰਦੇ। ਮਜ਼ਦੂਰਾਂ ਨੇ ਵੇਖਿਆ ਤੇ ਹੈਰਾਨ ਰਹਿ ਗਏ, ਕਹਿੰਦੇ ਵੇਖਿਆ ਹੈਰਾਨ ਹੋ ਗਏ ਕੀ ਬਣ ਗਿਆ, ਹੈਰਾਨ ਹੋ ਗਏ। ਕਹਿੰਦੇ ਉਸੇ ਸਮੇਂ ਗਏ ਫਿਰ ਨਿਹੰਗ ਖਾਨ ਦੇ ਕੋਲ, ਉਹਦੇ ਘਰ ਗਏ, ਭੱਜੇ ਹੀ ਭੱਜੇ ਭੱਜੇ ਗਏ ਘਰ ਤੇ ਬਾਹਰੋਂ ਆਵਾਜ਼ ਮਾਰੀ, ਨਿਹੰਗ ਖਾਨ ਜੀ ਆਓ ਬਾਹਰ। ਆਇਆ ਕਹਿੰਦਾ ਖੋਇਆ ਕੀ? ਕਹਿੰਦਾ ਤੁਹਾਡੇ ਪੱਠੇ ਤੇ ਕੋਈ ਐਸੀ ਨੁਰਾਨੀ ਰੂਹ ਆਈ ਹੈ, ਸਾਨੂੰ ਨੀ ਪਤਾ ਵੀ ਕੌਣ ਨੇ, ਸਾਨੂੰ ਨੀ ਪਤਾ, ਕੋਈ ਇਲਾਹੀ ਜੋਤ ਹੈ, ਕੋਈ ਨੁਰਾਨੀ ਰੂਹ ਹੈ। ਕਹਿੰਦੇ ਜਦੋਂ ਉਹਨਾਂ ਨੇ ਸਣੇ ਘੋੜੇ, ਉਹਨਾਂ ਦੇ ਘੋੜੇ ਨੇ ਜਦੋਂ ਪੱਠੇ ਤੁਹਾਡੇ ਪੱਠੇ ਤੇ ਪੌੜ ਮਾਰਿਆ, ਉਹਦੇ ਘੋੜੇ ਨੇ, ਤੇ ਕਹਿੰਦੇ ਤਪ ਦਾ ਪੱਠਾ ਤੁਹਾਡਾ ਠੰਡਾ ਠਾਰ ਹੋ, ਚੱਲ ਕੇ ਵੇਖੋ ਸਾਡੇ ਨਾਲ ਫਟਾਫਟ। ਕਹਿੰਦੇ ਛੇਤੀ ਨਾਲ ਚੱਲੋ, ਸਾਡੇ ਨਾਲ ਚੱਲੋ। ਚਲਾ ਗਿਆ ਕਹਿੰਦੇ ਨਿਹੰਗ ਖਾਨ ਨਾਲ ਗਿਆ ਪੱਠੇ ਤੇ। ਕਹਿੰਦੇ ਜਦੋਂ ਗਿਆ ਨਾ ਆਪਣੇ ਪੱਠੇ ਤੇ ਕਲਗੀਆਂ ਵਾਲਿਆਂ ਵੱਲ, ਕਹਿੰਦੇ ਜਦੋਂ ਵੇਖਿਆ ਤੱਕਿਆ ਮਹਾਰਾਜ ਵੱਲ ਵੇਖ ਕੇ, ਕਹਿੰਦਾ ਹੈ, ਕਹਿੰਦਾ ਇਹ ਤੇ ਆਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਨੇ, ਆਖੋ ਸਤਨਾਮ, ਇਹ ਤੇ ਕਲਗੀਆਂ ਵਾਲੇ ਆ, ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਏਦਾਂ ਕਹਿੰਦੇ ਚਰਣਾਂ 'ਚ ਨਮਸਕਾਰ ਕਰਦਾ ਮੁਸਲਮਾਨ ਨਿਹੰਗ ਖਾਨ, ਮਹਾਰਾਜ ਦੇ ਚਰਣਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ। ਕਹਿੰਦਾ ਮਹਾਰਾਜ ਚਲੋ ਮੇਰੇ ਨਾਲ, ਚਲੋ ਮੇਰੇ ਘਰ ਚੱਲੋ, ਮੇਰੇ ਨਾਲ, ਕਹਿੰਦਾ ਮੇਰੇ ਘਰ ਚੱਲੋ। ਨਿਹੰਗ ਖਾਨ ਕਲਗੀਆਂ ਵਾਲਿਆਂ ਨੂੰ ਲੈ ਆਇਆ ਆਪਣੇ ਘਰ, ਸਿੰਘ ਵੀ ਨਾਲ ਨੇ, ਸਾਹਿਬਜ਼ਾਦੇ ਨਾਲ ਨੇ, ਭਾਈ ਬਚਿੱਤਰ ਸਿੰਘ ਵੀ ਨਾਲ ਹੈ। ਤੁਹਾਨੂੰ ਪਤਾ ਹੈ ਨਾ ਭਾਈ ਬਚਿੱਤਰ ਸਿੰਘ ਜਿਹਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਰੀ ਸੀ, ਉਹ ਭਾਈ ਬਚਿੱਤਰ ਸਿੰਘ ਵੀ ਨਾਲ ਹੈ। ਸਰਸਾ 'ਤੇ ਜਦੋਂ ਜੰਗ ਹੋਈ ਤੇ ਜੰਗ ਵਿੱਚ ਬੜੇ ਫੱਟ ਲੱਗੇ ਸਨ ਭਾਈ ਬਚਿੱਤਰ ਸਿੰਘ, ਸਰੀਰ 'ਤੇ ਉਹਦੇ ਬੜੇ ਜ਼ਖਮ ਨੇ, ਬੜੇ ਫੱਟ ਨੇ ਸਰੀਰ 'ਤੇ, ਬੜੇ ਫੱਟ ਲੱਗੇ ਹੋਏ ਆ ਸਰੀਰ 'ਤੇ। ਭਾਈ ਬਚਿੱਤਰ ਸਿੰਘ ਮਹਾਰਾਜ ਦੇ ਨਾਲ ਨਿਹੰਗ ਖਾਨ ਦੇ ਘਰੇ ਗਏ ਤੇ ਜਲ ਪਾਣੀ ਛਕਾਇਆ ਮਹਾਰਾਜ ਨੂੰ, ਜਲ ਪਾਣੀ ਛਕਾਇਆ ਮਹਾਰਾਜ ਨੇ, ਜਲ ਪਾਣੀ ਛਕ ਕੇ, ਜਲ ਪਾਣੀ ਛਕਿਆ ਮਹਾਰਾਜ ਨੇ ਤੇ ਅੱਗੋਂ ਮਹਾਰਾਜ ਕਹਿਣ ਲੱਗੇ, ਕਹਿੰਦੇ ਨਿਹੰਗ ਖਾਨ, ਕਹਿੰਦੇ ਭਾਈ ਅਸੀਂ ਚੱਲਦੇ ਹਾਂ, ਕਹਿੰਦੇ ਸਾਨੂੰ ਜਾਣਾ ਪੈਣਾ, ਅਸੀਂ ਚੱਲਦੇ ਹਾਂ। ਆ ਕਹਿੰਦੇ ਸਾਡਾ ਸਿੰਘ ਭਾਈ ਬਚਿੱਤਰ ਸਿੰਘ, ਇਹਨੂੰ ਤੂੰ ਸੰਭਾਲ, ਕਹਿੰਦੇ ਸੇਵਾ ਕਰਨੀ ਇਹਦੀ, ਇਹਦੀ ਸੇਵਾ ਕਰਨੀ, ਇਹਨੂੰ ਤੂੰ ਸੰਭਾਲ ਮਹਾਰਾਜ। ਕਹਿੰਦੇ ਅਸੀਂ ਚੱਲਦੇ ਹਾਂ, ਸਾਨੂੰ ਜਾਣਾ ਪੈਣਾ ਹੈ, ਸਾਡੇ ਪਿੱਛੇ ਬੜੀਆਂ ਫੌਜਾਂ ਲੱਗੀਆਂ, ਬੜੀਆਂ ਫੌਜਾਂ ਲੱਗੀਆਂ ਨੇ ਕਹਿੰਦੇ ਸਾਡੇ ਪਿੱਛੇ। ਮਹਾਰਾਜ ਕਹਿ ਕੇ ਨਿਹੰਗ ਖਾਨ ਦੇ ਘਰੋਂ ਨਿਕਲੇ ਆ, ਨਿਕਲ ਗਏ ਤੇ ਉਦੋਂ ਬਾਅਦ ਕਹਿੰਦੇ ਭਾਈ ਬਚਿੱਤਰ ਸਿੰਘ ਨੂੰ ਕਮਰੇ ਦੇ ਅੰਦਰ ਇੱਕ ਮੰਜੇ ਤੇ ਪਾ ਕੇ ਤੇ ਕੋਲ ਆਪਣੀ ਲੜਕੀ ਨੂੰ ਬਿਠਾਇਆ। ਆ ਗੱਲ ਧਿਆਨ ਨਾਲ ਸੁਣਿਆ, ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਨਿਹੰਗ ਖਾਨ ਦੀ ਲੜਕੀ ਜਿਹਦਾ ਨਾਂ ਸੀ ਬੀਬੀ ਮੁਮਤਾਜ਼, ਬੀਬੀ ਮੁਮਤਾਜ਼ ਜੀ ਦਾ ਨਾਂ ਸੀ। ਨਿਹੰਗ ਖਾਨ ਕਹਿੰਦਾ ਮੁਮਤਾਜ਼, ਸਤਿਗੁਰੂ ਆਪਣੀ ਸੇਵਾ ਲਾ ਕੇ ਗਏ ਆ ਕਿ ਭਾਈ ਬਚਿੱਤਰ ਸਿੰਘ ਦੀ ਆਪਾਂ ਸੇਵਾ ਕਰਨੀ, ਇਹਨਾਂ ਦੀ ਸੇਵਾ ਸੰਭਾਲ ਕਰਨੀ ਆਪਾਂ, ਜਿੱਥੇ ਜਿੱਥੇ ਜ਼ਖਮ ਹੋਏ ਆ ਨਾ ਉੱਥੇ ਲੈ ਫੜ, ਮਤਲਬ ਪੱਟੀ ਵੀ ਕਰ, ਸੇਵਾ ਕਰਨੀ ਆਪਾਂ ਇਹਨਾਂ ਦੀ। ਮਹਾਰਾਜ ਹੁਕਮ ਲਾ ਕੇ ਗਏ ਨੇ ਭਾਈ ਬਚਿੱਤਰ ਸਿੰਘ ਦੀ ਸੇਵਾ ਵਿੱਚ ਆਪਣੀ ਲੜਕੀ ਬੀਬੀ ਮੁਮਤਾਜ਼ ਨੂੰ ਬਿਠਾ ਲ ਦਿੱਤਾ, ਉਹਦੀ ਸੇਵਾ ਕਰ। ਕਹਿੰਦੇ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਨੀ। ਉੱਧਰ ਕਹਿੰਦੇ ਵੈਰੀਆਂ ਨੂੰ ਪਤਾ ਲੱਗ ਗਿਆ, ਜ਼ਾਲਮਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਨਿਹੰਗ ਖਾਨ ਦੇ ਘਰੇ ਨੇ, ਨਿਹੰਗ ਖਾਨ ਦੇ ਘਰ ਨੇ। ਉਹਨਾਂ ਨੇ ਕਹਿੰਦੇ ਨਿਹੰਗ ਖਾਨ ਦੇ ਘਰੋਂ ਨੂੰ ਆਲੇ ਦੁਆਲੇ ਘੇਰਾ ਪਾ ਲਿਆ, ਏਦਾਂ ਘੇਰਾ ਪਾ ਲਿਆ, ਘੇਰਾ ਪਾਇਆ ਤੇ ਨਿਹੰਗ ਖਾਨ ਨੂੰ ਕਹਿੰਦੇ ਨੂੰ ਦੱਸ ਕਿੱਥੇ ਨੇ ਗੁਰੂ ਗੋਬਿੰਦ ਸਿੰਘ, ਕਿੱਥੇ ਛੁਪਾ ਕੇ ਰੱਖਿਆ, ਕਿੱਥੇ ਲਗੋ ਕੇ ਰੱਖਿਆ ਤੂੰ ਗੁਰੂ ਗੋਬਿੰਦ ਸਿੰਘ ਨੂੰ। ਕਹਿੰਦਾ ਹੁਣ ਤੇ ਮਹਾਰਾਜ ਹੈ ਨੀ, ਉਹ ਤੇ ਚਲੇਗਾ, ਇੱਥੇ ਨਹੀਂ, ਹੁਣ ਸਤਿਗੁਰੂ ਨਿਕਲ ਗਏ ਆ, ਚਲੇਗਾ ਇੱਥੋਂ, ਇੱਥੇ ਨਹੀਂ। ਕਹਿੰਦੇ ਨੀ ਇੱਥੇ ਹੀ ਨੇ, ਝੂਠ ਬੋਲਦਾ, ਸੱਚ ਨਹੀਂ ਬੋਲਦਾ, ਝੂਠ ਬੋਲਦਾ, ਸੱਚੀ ਸੱਚੀ ਦੱਸ ਦੇ। ਉਹਨੇ ਫਿਰ ਕਿਹਾ, ਕਹਿੰਦਾ ਜੀ ਇੱਥੇ ਨਹੀਂ, ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤੇ ਤਲਾਸ਼ੀ ਲੈ ਲਓ, ਦੇਖ ਲਓ।
तलाशी लेनी है कहते ले लो तलाशी चेक कर लो जे तुहानू मिलदे ने ऐदा फिर कहते सारे कमरिया विच वेख ले किते नहीं मिले पर एक कमरे नू दरवाजा लगाया होया असी सुनियो जरे ध्यान नाल सुनियो जरे ध्यान नाल सुनियो एक कमरे नू कहते दरवाजा लगाया होया असी जिथे भाई बचित्र सिंह नू ਬੰਜੇ ਤੇ ਪਾਕ ਪਾਇਆ ਹੋਇਆ ਸੀ ਤੇ ਆਪਣੀ ਲੜਕੀ ਬੀਬੀ ਮੁਮਤਾਜ਼ ਨੂੰ ਦੇ ਕੋਲ ਬਿਠਾਇਆ ਹੋਇਆ ਦਰਵਾਜ਼ਾ ਲੱਗਾ ਹੋਇਆ ਜਾਲਮ ਪੁੱਛਦੇ ਨੇ ਕਹਿੰਦੇ ਇਸ ਕਮਰੇ ਅੰਦਰ ਕੌਣ ਹੈ ਦੱਸ ਬਈ ਕਹਿੰਦੇ ਇਸ ਕਮਰੇ ਅੰਦਰ ਕੌਣ ਹੈ ਉਸ ਸਮੇਂ ਉਹਨੇ ਕੀ ਆਖਿਆ ਮੁੱਖੋਂ ਕੀ ਆਖਿਆ ਉਹਨੇ ਨਿਹੰਗ ਖਾਨ ਹੈ ਕਹਿੰਦਾ ਇਸ ਕਮਰੇ ਅੰਦਰ ਮੇਰੀ ਲੜਕੀ ਤੇ ਮੇਰਾ ਜਵਾਈ ਹੈ ਉਹਨੇ ਆਖਿਆ ਮੇਰੀ ਲੜਕੀ ਤੇ ਮੇਰਾ ਜਵਾਈ ਹੈ ਕਹਿੰਦੇ ਬੜੀ ਦੂਰੋਂ ਆਇਆ ਥੱਕਿਆ ਹੋਇਆ ਹੈ ਆਰਾਮ ਕਰ ਰਿਹਾ ਹੈ ਜਵਾਈ ਹੈ ਮੇਰਾ ਤੇ ਮੇਰੀ ਲੜਕੀ ਹੈ ਸੁਣ ਕੇ ਕਹਿੰਦੇ ਚਲੇ ਗਏ ਤੇ ਉਦੋਂ ਬਾਅਦ ਭਾਈ ਬਚਿੱਤਰ ਸਿੰਘ ਵੀ ਸ਼ਹੀਦ ਹੋ ਗਏ ਸਨ ਸੰਸਕਾਰ ਵੀ ਕਰ ਦਿੱਤਾ ਸੀ ਕੁਝ ਦਿਨਾਂ ਬਾਅਦ ਫਿਰ ਬੀਬੀ ਮੁਮਤਾਜ਼ ਦੇ ਰਿਸ਼ਤੇ ਦੀ ਗੱਲ ਚੱਲੀ ਨਿਗਾਹ ਕਰਾਉਣ ਦੀ ਰਿਸ਼ਤੇ ਦੀ ਗੱਲ ਚੱਲਦੀ ਹੈ ਬੀਬੀ ਮੁਮਤਾਜ਼ ਆਪਣੇ ਨਿਹੰਗ ਖਾਨ ਨੂੰ ਕਹਿੰਦੀ ਹੈ ਕਹਿੰਦੀ ਅੱਬਾ ਉਹ ਮੁਸਲਮਾਨ ਸੀ ਮੁਸਲਮਾਨਾਂ ਦੀ ਬੋਲੀ ਆਪਣੇ ਪਿਤਾ ਨੂੰ ਕਹਿੰਦੀ ਕਹਿੰਦੀ ਅੱਬਾ ਉਸ ਦਿਨ ਕਹਿੰਦੇ ਜਦੋਂ ਵੈਰੀਆਂ ਨੇ ਜ਼ਾਲਮਾਂ ਨੇ ਤੁਹਾਨੂੰ ਪੁੱਛਿਆ ਸੀ ਵੀ ਇਸ ਕਮਰੇ ਅੰਦਰ ਕੌਣ ਹੈ ਤੇ ਤੁਸੀਂ ਕੀ ਜਵਾਬ ਦਿੱਤਾ ਸੀ ਵੀ ਇਸ ਕਮਰੇ ਅੰਦਰ ਮੇਰੀ ਲੜਕੀ ਤੇ ਮੇਰਾ ਜਵਾਈ ਹੈ ਕਹਿੰਦਾ ਆਖਿਆ ਸੀ ਕਹਿੰਦੀ ਅੱਬਾ ਫਿਰ ਮੈਂ ਤੇ ਉਸ ਦਿਨ ਤੋਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨਦੀ ਹਾਂ ਆਖੋ ਸਦਨਾ ਹਾ ਆਪਣਾ ਪਤੀ ਮੰਨਦੀ ਹਾਂ ਮੈਂ ਉਸ ਦਿਨ ਤੋਂ ਵੇਖੋ ਨਾਲੇ ਸ਼ਹੀਦ ਹੋ ਗਿਆ ਸੀ ਵੇਖਿਆ ਵੀ ਨਹੀਂ ਸੀ ਅੱਖਾਂ ਵੀ ਨਹੀਂ ਸਨ ਖੁੱਲਦੀਆਂ ਭਾਈ ਬਚਿੱਤਰ ਸਿੰਘ ਵੇਖਿਆ ਵੀ ਨਹੀਂ ਸੀ ਉਹਨੇ ਤੇ ਬੀਬੀ ਮੁਮਤਾਜ਼ ਜੇ ਹੱਕ ਖਾਂ ਕਹਿੰਦਾ ਮੁਮਤਾਜ਼ ਇਹ ਕੀ ਕਹਿੰਦੀ ਹੈ ਇਹ ਕੀ ਕਹਿੰਦੀ ਹੈ ਭਾਈ ਬਚਿੱਤਰ ਸਿੰਘ ਨੇ ਤੇ ਤੈਨੂੰ ਵੇਖਿਆ ਵੀ ਨਹੀਂ ਸੀ ਉਹਨਾਂ ਦੀਆਂ ਤੇ ਅੱਖਾਂ ਵੀ ਨਹੀਂ ਸਨ ਖੁੱਲਦੀਆਂ ਤੇ ਤੂੰ ਕਹਿੰਦੀ ਮੈਂ ਪਤੀ ਬਣਾ ਲਿਆ ਵੀ ਮੇਰੇ ਪਤੀ ਇਹ ਕਿੱਦਾਂ ਹੋ ਸਕਦਾ ਕਹਿੰਦੀ ਅੱਬਾ ਕੋਈ ਗੱਲ ਨਹੀਂ ਪਰ ਹੁਣ ਮੈਂ ਦੂਜਾ ਨਿਗਾਹ ਨਹੀਂ ਕਰਾਉਣਾ ਮੈਂ ਇੱਕ ਸ਼ਹੀਦ ਦੀ ਪਤਨੀ ਭਾਵ ਕੇ ਮੈਂ ਇੱਕ ਸ਼ਹੀਦ ਦੀ ਵਿਧਵਾ ਬਣ ਕੇ ਆਪਣੀ ਜ਼ਿੰਦਗੀ ਕੱਢ ਲਾਂਗੀ ਪਰ ਦੂਜਾ ਨਿਗਾਹ ਨਹੀਂ ਕਰਾਉਣਾ ਆਖੋ ਸਤਨਾਮ ਉਹ ਦੂਜਾ ਨਿਗਾਹ ਨਹੀਂ ਕਰਾਉਣਾ ਅੱਬਾ ਏਦਾਂ ਹੀ ਜ਼ਿੰਦਗੀ ਕੱਢ ਲਾਂਗੀ ਆਪਣੀ ਮੈਂ ਫਿਰ ਜ਼ਿੰਦਗੀ ਕਿੱਦਾਂ ਕੱਢੀ ਬੀਬੀ ਮੁਮਤਾਜ਼ ਨੇ ਪਿੰਡ ਬੜੀ ਜਾ ਕੇ ਰੋਪੜ ਦੇ ਲਾਗੇ ਪਿੰਡ ਬੜੀ ਜਿੱਥੇ ਜਾ ਕੇ ਬੀਬੀ ਮੁਮਤਾਜ਼ ਨੇ 110 ਸਾਲ ਭਜਨ ਕੀਤਾ 110 ਸਾਲ ਬੰਦਗੀ ਕੀਤੀ ਅੱਜ ਵੀ ਅਸਥਾਨ ਹੈ ਬੀਬੀ ਮੁਮਤਾਜ਼ ਦੇ ਨਾਂ ਤੇ ਅੱਜ ਵੀ ਸਥਾਨ 110 ਸਾਲ ਭਜਨ ਕੀਤਾ ਬੰਦਗੀ ਕੀਤੀ ਹੁਣ ਜਦੋਂ